الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين يا صاحب الزمان أدركني يا صاحب الزمان أدركني بارہویں دن تے صلوات سارے مل کے اونچے آواز صلی اللہ علیہ وسلم کبھی نام سارے باواز بلند کے نور نعرہ تکبیر نعرہ رسالت نعرہ رسالت نعرہ حیدری سارے ہاتھ بلند کر کے حیدری خالق جس کو اوج کمال دیتا ہے خالق جس کو اوج کمال دیتا ہے اس کو علی و بطول کی چوکھٹ میں ڈال دیتا ہے شاباش خالق جس کو اوج کمال دیتا ہے اس کو علی و بطول کی چوکھٹ میں ڈال دیتا ہے مہربانی پرکھنا ہو جس کو کہو یا علی مدد پرکھنا ہو جس کو کہو یا علی مدد یہ وہ نام ہے جو شجر کنگال دیتا ہے حیدری شاہ مہربانی اللہ دیوایا علی دا نام جو آوے غرور جھکو ایندے بسم اللہ علی دا نام جو آوے غرور جھکو ایندے علی دا نام سن کے حرامی دا خون سکو ایندے اس نام دی میں کیا تعریف کراں قدم رکاب تے آوے قرآن مکو ایندے شاباش شاباش حیدری آل محمد جوانا بزرگاں دا ٹرا منظور و مقبول ہوئے بانیاں دا ملک صاحباناں دا پرسا بارگاہ منظور و مقبول ہوئے مولا ملک سلطان نو جنت عطا کرے مولا اون دے درجات بلند کرے میں تیری مجلس سے نہیں آسنگا میری والدہ تکلیف نہ لائی میں کہیں دی مجلس نہیں پڑی کیونکہ سب کون دا انتقال تھا تیر ساڑھو تا نراز نہ تھی میں تو ملنگیں تیری مجلس سے ابتدائی میں شروع کی تھی مجلس دی میں ابتدا شروع کی تھی اجن کھنڈویا تو باز نہیں پی آن دا انشاءاللہ تعالی مولا تکو رنگ لاوی زندگی دراز ہوئی آخر جن تے لو نمبریاں کریندہ رہیں جھلا تکو حسائے لے ایویں ہیں جھلا تکو خوش نصیب الحمدللہ جو آخری ویلے سلیمان دکار
ਸੈਦਾਂ ਦਾ ਮੁਰੀਦ ਬਣ ਜਾਏ। ਇੱਥਾਂ ਸ਼ੀਏ ਹੀ ਬੈਠੇ ਹੋ, ਸੁੰਨੀ ਬੈਠੇ ਹੋ, ਹਰ ਫਰਮਾਇਓ, ਹਰ ਕਾਇ ਕੋ ਆਪਣੇ ਪੀਰ ਸਲਾਮਤ, ਕਿਸੇ ਦੀ ਦਿਲ ਅਜ਼ਾਰੀ ਨਾ ਕਰੋ। ਜਿਨ ਕਹਿ ਦਾ ਇਮਾਮ ਵਣੇ ਮੁਰੀਦ ਉਹ ਨਹੀਂ ਵਣੇ। ਮੇਰੀ ਕੋਈ ਕਹਿ ਤੇ ਇਤਰਾਜ਼ ਕੋ ਨਹੀਂ, ਸੁਣੀ ਇਵੇਂ ਸੁਣਨ ਜਿਵੇਂ ਆਪਣੇ ਮੌਲਵੀ ਕੋ ਸੁਣਦੇ, ਤੁਸਾਂ ਇਵੇਂ ਸੁਣੋ ਜਿਵੇਂ ਆਪਣੇ ਜ਼ਾਕਰ ਕੋ ਸੁਣਦੇ ਹੋ। ਹਜ਼ਾਰ ਜਵਾਨ ਨਾਲ ਲੜਨ ਵਾਲਾ ਉਰਵਾ ਬਿਨ ਦਾਊਦ ਮਿਸਰੀ, ਉਰਵਾਈ ਦਾ ਨਾਂ ਹੈ, ਦਾਊਦ ਦਾ ਪੁੱਤਰ ਹੈ, ਮਿਸਰ 'ਚ ਰਹਿਣ ਵਾਲਾ ਹੈ। ਹਰ ਬੰਦਾ ਮੇਰੇ ਦੇਖੇ, ਮੇਰੀ ਤੋੜ ਤੱਕ ਨਿਗਾਹ ਹੈ, ਹਰ ਚਿਹਰੇ 'ਤੇ ਨਿਗਾਹ ਹੈ। ਇਹਦੀ ਗਰਮੀ ਕੋਨੀ, ਪੱਖਿਆਂ ਦੇ ਆਦਿ ਅਸਾਂ ਇਹਦੇ ਕੋਲ ਹੈ। ਮਾਦਰੀ ਪਿਦਰੀ ਸਾਡੀ ਜਿਹੜੀ ਹਵਾ ਹੈ, ਪੱਖੇ ਤੋਂ ਬਗੈਰ ਹੈ। ਲੇਕਿਨ ਜਿੱਥਾਂ ਇਹ ਹਵਾ ਘੁਲੇ, ਸਾਂ ਕੋਈ ਪੱਖੇ ਰੂਹ ਹੀ ਨਹੀਂ ਦਿੰਦੇ, ਕੋਈ ਤੁਹਾਕੂ ਦਿੰਦੇ ਤਾਂ ਦੱਸੋ। ਇਹ ਸਾਰਾ ਸਿੰਧ ਦਾ ਕਿਨਾਰਾ ਹੈ, ਅਸੀਂ ਹੀ ਕਿਨਾਰੇ 'ਤੇ ਬਾਂਧਦੇ ਹਾਂ, ਤੁਸੀਂ ਹੀ ਕਿਨਾਰੇ 'ਤੇ ਬਾਂਧਦੇ ਹੋ। ਤੁਸੀਂ ਸਿੰਧ ਦਾ ਪਾਣੀ ਪੀਂਦੇ ਹੋ, ਅਸੀਂ ਪਾਣੀ ਪੀਂਦੇ ਹਾਂ। 40 ਸਾਲ ਥੀ ਗਏ ਏਸੀ ਦੇ ਵਿੱਚ, 40 ਸਾਲ। ਲੇਕਿਨ ਜਿਵੇਂ ਇਹ ਹਵਾ ਰੂਹ ਰਹਿੰਦੀ ਹੈ, ਉਹ ਬੰਦਾ ਇਵੇਂ ਏਸੀ 'ਚੋਂ ਬਾਹਰ ਨਿਕਲੇ ਤਾਂ ਸੁੰਘੜ ਵੈਂਦਾ ਹੈ, ਬਲੂਨ ਥੀਂਦੇ, ਅੰਗਾਰੇ ਲੱਗਦੇ ਪੈਣ। ਇਵੇਂ ਹੈ ਨਾ। ਹੁਣ ਇਨਸ਼ਾਅੱਲਾ ਬਿਸਮਿਲ੍ਲਾ ਕਰਾਂ। ਮੌਲ ਸਾਹਿਬ ਤਸ਼ਰੀਫ ਫਰਮਾਨ, ਤੁਹਾਡੇ ਮਿਜ਼ਾਜ ਦਾ ਜੁਮਲਾ, ਸਫੀਨ ਦੇ ਮੈਦਾਨ ਦਾ ਜੁਮਲਾ, ਇੱਕ ਪਾਸੋਂ 3 ਲੱਖ ਹੈ, ਇੱਕ ਪਾਸੋਂ 80 ਹਜ਼ਾਰ ਹੈ। ਜਿਨ੍ਹਾਂ ਦਾ 3 ਲੱਖਾਂ, ਉਹ ਇੱਕ ਜਵਾਨ ਸਾਡਾ ਹੈ, ਉਰਵਾ ਬਿਨ ਦਾਊਦ ਮਿਸਰੀ। 1000 ਜਵਾਨ ਨਾਲ ਲੜਨ ਵਾਲਾ ਹੈ, 2 ਰਕਾਬੇ ਘੋੜੇ 'ਤੇ ਸਵਾਰ ਹੈ। ਮੌਲਾ ਅਲੀ ਦੇ ਖੈਮੇ ਦੇ 20 ਕਦਮਾਂ 'ਤੇ ਫਾਸਲੇ 'ਤੇ ਘੋੜਾ ਰੋਕੇ। ਹਕਲ ਮਾਰ ਕੇ ਦੇ ਇਮਰਾਨ ਦਾ ਬੇਟਾ ਅਲੀ, ਅਬੂ ਤਾਲਿਬ ਦਾ ਬੇਟਾ ਅਲੀ, ਜੰਗ ਉਹਦ ਨਹੀਂ, ਜੰਗ ਬਦਰ ਨਹੀਂ, ਜੰਗ ਹੁਨੈਨ ਨਹੀਂ, ਤੇਰੇ ਨਾਲ ਮੁਹੰਮਦ ਹੁੰਦਾ, ਬੜੇ ਬੜੇ ਜੰਗ ਜੂ ਹੁੰਦੇ ਹਨ, ਤੂੰ ਕਾਮਯਾਬ ਟੁਰ ਗਏ, ਮੁਹੰਮਦ ਟੁਰ ਗਏ, ਤੂੰ 60 ਸਾਲ ਦਾ, ਮੈਂ 30 ਸਾਲ ਦਾ, ਤੇਰੇ ਪੁੱਤਰ ਕਈ ਛੋਟੇ ਨੇ, ਕਈ ਬੜੇ, ਤੂੰ ਹੱਥ ਉੱਤਾਂ 'ਤੇ ਕਰਕੇ ਘਰ ਚਲਾ ਜਾ, ਮੈਂ ਇਨਾਮ ਗਿਣ ਕੇ ਘਰ ਚਲਾ ਵੈਸਾਂ, ਕੋਟ ਸੁਲਤਾਨ ਪਹਾੜ ਪੋਰ ਸ਼ਾਲ ਖੋਖਰ ਦੇ ਮੋਮਨਾ ਮੌਲਾ ਅਲੀ ਦੇ ਵਸਣ ਦੀ ਰੁੱਤ ਹੈ। ਅਲੀ 18 ਪੁੱਤਰਾਂ ਦੇ ਦਰਮਿਆਨ ਇਵੇਂ ਬੈਠੇ ਜਿਵੇਂ 14ਵੀਂ ਦਾ ਚੰਦ ਸਿਤਾਰੇ ਮਿਹਰਬਾਨੀ ਕਾਹਿਂ ਦਾ ਬਾਬਾ ਡਾ ਜ਼ਾਕਰ ਆ, ਕਾਹਿਂ ਦਾ ਡਾਡਾ ਜ਼ਾਕਰ ਆ। ਅਸਾਂ ਬਾਬੇ ਡਾਡੇ ਦਾ ਨਾਂ ਚਾਹੂੰ ਤਾਂ ਤੁਸੀਂ ਰੱਤ ਰੋਣ ਪਾ ਬੈਠੋ। ਬਲੋਚ ਜੋ ਹੈ ਜਿਵੇਂ ਉਹ ਕਦਰਦਾਨ ਆ, ਮੈਂ ਜੋ ਆਖਾਂ ਮੇਰਾ ਡਾਡਾ ਫਿਲਾਣਾ ਕੰਮ ਕਰਦਾ, ਬਾਬਾ ਫਿਲਾਣਾ ਕੰਮ ਕਰਦਾ, ਇਹ ਅਤਾ ਹੈ ਜਿਹੜਾ ਇਹ ਦਰਵਾਜ਼ੇ 'ਤੇ ਝੁਕ ਜਾਵੇ। ਲੇਕਿਨ ਜਿਹੜਾ ਜ਼ਾਕਰੀ ਕੀਤੀ ਹੈ, ਬਲੋਚ ਕੀ ਕੋਈ ਦਰਿਆ ਸੱਟੇ, ਫਕੀਰ ਬਣ ਕੇ ਆਇਆ। ਤਵੱਜੋ, ਬੰਦਾ ਜੀਂਦਾ ਹੀ ਬੈਠਾ ਹੋਵੇ, ਜ਼ਬਾਨ ਹੀ ਰੱਖਦਾ ਹੋਵੇ, ਅਤੇ ਮੇਰੇ ਫਜ਼ਾਇਲ 'ਤੇ ਉਹ ਬੋਲੇ ਨਹੀਂ, ਕਬਰ 'ਚ ਨਾ ਬੋਲੇ ਸੀ, ਮੈਂ ਕੋਈ ਮਿੰਬਰ ਦੀ ਕਸਮ ਹੈ। ਦੇਖ ਕੇ ਕਦਰਦਾਨ ਹੋ, ਕਹੇ ਸਰਦਾਰ ਦੇ ਬੂਹੇ 'ਤੇ ਆਵੋ, ਮੌਲ ਸਾਹਿਬ ਕੋਲ ਮੈਂ ਆਵਾਂ, ਸ਼ਾਹ ਸਾਹਿਬ ਕੋਲ ਆਵਾਂ, ਖਾਨ ਸਾਹਿਬ ਕੋਲ ਆਵਾਂ, ਡਾਇਰੈਕਟ ਦਰਵਾਜ਼ੇ 'ਤੇ ਕੁੰਡੀ ਲਾਵਾਂ। ਉਹ ਆਖਸਨ, ਯਾਰ ਤੂੰ ਸਾਰੇ ਨਾਲ ਗੱਲ ਕਰ, ਕਿਨੂੰ ਅਲੀ ਦੇ ਫੌਜੀ ਉੱਠਣ, ਕਿਨੂੰ ਅਲੀ ਦੇ ਪੁੱਤਰ ਉੱਠਣ, ਕਿਨੂੰ ਅਲੀ ਦੇ ਜਰਨੈਲ ਉੱਠਣ। ਮੌਲ ਫਰਮਾਇਆ, ਬੈਠ ਜਾਓ, ਮੈਂ ਅਲੀ ਕੋ ਸੰਦੇਸ਼, ਮੈਂ ਅਲੀ ਆਪ ਬਣ। ਮੈਂ ਅਲੀ ਕੋ ਸੰਦੇਸ਼, ਮੈਂ ਅਲੀ ਆਪ ਵੈਨਾ, ਸਰਕਾਰ ਆ ਗਏ, ਘੋੜੇ ਤੋਂ ਨਹੀਂ ਲੱਥਾ। ਇਮਰਾਨ ਦਾ ਬੇਟਾ ਅਲੀ ਤੂੰ ਹੈ, ਅਬੂ ਤਾਲਿਬ ਦਾ ਬੇਟਾ ਅਲੀ ਤੂੰ ਹੈ, ਤੁਹਾਡੀ ਹੁਣ ਤਬਦੀਲ ਥੀ ਗਈ ਹੈ, ਹੁਣ ਵੀ ਆ ਨਾਜ਼ਮ ਮੈਂਬਰ ਆ ਗਏ। ਇਹ ਪਹਿਲੇ ਆ, ਉਹ ਪਿੱਛੇ ਆਏ। ਤਵੱਜੋ, ਸ਼ੀਆ ਸੁੰਨੀ ਦਾ ਮਜਮਾ, ਇਮਰਾਨ ਦਾ ਬੇਟਾ ਅਲੀ ਤੂੰ ਹੈ, ਅਬੂ ਤਾਲਿਬ ਦਾ ਬੇਟਾ ਅਲੀ ਤੂੰ ਹੈ। ਮੌਲਾ ਫਰਮਾਇਆ, ਗੱਲ ਨਾ ਕਰ, ਜਾਏ ਅਲੀ ਕੋ ਲੱਭਦਾ ਵਧਿਆ ਉਹ ਅਲੀ ਮਾਇਆ। ਸ਼ਾਬਾਸ਼ ਹੈਦਰੀ, ਮੁਹੰਮਦ ਮੁਸਤਫਾ ਦੀ ਦਾ ਸ਼ੌਹਰ ਅਲੀ ਤੂੰ ਹੈ। ਮੌਲਾ ਫਰਮਾਇਆ, ਉਹ ਅਲੀ ਮਾਇਆ।
ਅਤੇ ਮੈਂ ਬਤੂਲ ਦੇ ਸ਼ੌਹਰ ਨਾਲ ਲੜਦਾ ਨਹੀਂ। ਮੌਲਾ ਫਰਮਾਇਆ ਲੜ ਤੇ ਭਾਵੇਂ ਨਾ ਲੜ, 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 ਲੜ ਤੇ ਭਾਵੇਂ ਨਾ ਲੜ। ਬਗੈਰ ਅਲੀ ਉਲ ਵਲੀ ਉੱਲਾ ਪੜੇ ਦੇ ਮੈਂ ਅਲੀ ਤੱਕ ਵੰਜਣ ਹੀ ਨਾ ਦੇਸਾਂ। ਸ਼ਾਬਾਸ਼ ਬਗੈਰ ਅਲੀ ਉਲ ਇੱਥੇ ਖਾਬ ਨਹੀਂ ਲਿਖੀਦਾ, ਇੱਥਾਂ ਦਲੀਲਾਂ ਨਹੀਂ ਕਰੀਆਂ, ਇਹ ਬੇਦਲੀਲ ਇਬਾਦਤ ਹੈ। ਪਾਕਾਂ ਦੇ ਦੁਆ ਤੇ ਰਸੂਲ ਦੇ ਦਰਵਾਜ਼ੇ 'ਤੇ ਆਇਆ ਬੈਠਾ, ਹੁਸੈਨ ਦੇ ਦਰਵਾਜ਼ੇ 'ਤੇ ਆਇਆ ਬੈਠਾ। ਇੱਥੋਂ ਪਿੰਡੋ ਹਰ ਬੰਦਾ ਵਾਹ ਵਾਹ ਕਰੇ, ਤੂੰ ਵਾਹ ਵਾਹ ਕਰ ਤਾਂ ਸਹੀ। ਕੋਈ MLA MPA ਤਕਰੀਰ ਕਰਨ ਦਾ ਕਰੋ, ਹੱਥ ਉੱਤਾ ਚ ਕਰ, ਉਹ ਕੋਈ ਯਾਦ ਆਉਂਦਾ ਹੈ? ਤੂੰ ਹੱਥ ਉੱਤਾ ਤੇ ਕਰੇ ਸੇ, ਮੇਰੇ ਪਾਸੇ ਦੇਖੋ, ਮਜਬੂਰ ਹੁੰਦੇ ਬੰਦੇ। ਤਵੱਜੋ ਸ਼ੀਆ ਸੁਣੀ ਦਾ ਮਜਮਾ, ਕਦਰਦਾਨ ਲੋਕ ਤਸ਼ਰੀਫ ਫਰਮਾਇਓ। ਦੇਖਿਆ ਜੇ ਇਮਰਾਨ ਦਾ ਬੇਟਾ ਅਲੀ ਤੂੰ ਹੈ? ਮੌਲਾ ਫਰਮਾਇਆ ਉਲਹੋ ਅਲੀ, ਮਾਇਆ ਤੇਰੇ ਨਾਲ ਮੈਂ ਲੜਦਾ ਨਹੀਂ। ਮੌਲਾ ਫਰਮਾਇਆ ਅਲੀ ਉਨ ਵਲੀ ਉੱਲਾ ਪੜੇ ਦੇ ਮੈਂ ਵੰਜਣ ਨਾ ਦੇਸਾਂ। ਜਾ ਤਵੇ ਸੁਣੀਏ ਸਾਹਬਾ ਦੀ ਕਸਮ ਹੈ, ਸ਼ੀਆ ਅਲੀ ਦੀ ਅਜ਼ਮਤ ਦੀ ਕਸਮ ਹੈ, ਸਫੀਨ ਦੇ ਮੈਦਾਨ ਦੀ ਤੂੰ ਆਣ ਕੇ ਤਾਰੀਖ ਪੜ, ਕਈ ਕਦਮ ਚਾਹੇ ਨਾ ਜਲਦੀ ਨਾਲ ਵਾਪਸ ਹੋ ਲੈ। ਮੌਲਾ ਫਰਮਾਇਆ ਵਾਪਸ ਕਿਉਂ ਵਾਲਾ? ਦੇਖਿਆ ਜੇ ਯਾ ਅਲੀ ਸਮਝ ਨਹੀਂ ਆਉਂਦੀ, ਜਿੰਤੇ ਮੈਂ ਨਾ ਮੈਂ ਕੋ ਤੂੰ ਨਜ਼ਰ ਆਉਂਦਾ ਨਜ਼ਰ ਆਉਂਦਾ। ਮੌਲਾ ਫਰਮਾਇਆ 14 ਸਫ਼ੇ ਅੱਧ ਅੱਧ ਮਹੀਨ ਤੇ ਸਫ਼ੇ, ਸੱਜੇ ਦੇਖ ਸਮੇਂ ਅਲੀ ਉਸਾਂ, ਖੱਬੇ ਦੇਖ ਸਮੇਂ ਅਲੀ ਉਸਾਂ, ਅੱਗੇ ਦੇਖ ਸਮੇਂ ਅਲੀ ਉਸਾਂ, ਪਿੱਛੇ ਦੇਖ ਸਮੇਂ ਅਲੀ ਉਸਾਂ, ਸਫ਼ਾ ਮੁੱਕ ਸਨ, ਸਾਰਵੇ ਰੰਗ ਦਾ ਖਾਇਮ ਹੈ, ਤੇਰੀ ਮਾਂ ਪੱਥਰ ਦੀ ਕੁਰਸੀ ਬੈਠੀਏ ਤੇ ਕੋਈ ਜੰਗ ਤੋਂ ਵੀ ਦੁੱਧ ਪਿਵੈਂਦੀ ਹੈ, ਵਾਪਸ ਵੱਲਣ ਨਹੀਂ ਦਿੰਦੀ, ਉਹ ਤਾਂ ਦੁੱਧ ਪਿਵੈਂਦੀ ਹੈ। ਸੱਜੇ ਖੱਬੇ ਅੱਗੇ ਪਿੱਛੇ ਦੇ ਦਰ ਆਸਾ, ਮੈਂ ਤੇ ਕੁਆਲੀ ਨਜ਼ਰ ਆਸਾ, ਸਭ ਤੇਰੀ ਮਾਂ ਪੱਥਰ ਦੀ ਕੁਰਸੀ ਕੁਰਸੀ, ਮੈਂ ਪੁੱਤਰ ਕੋ ਦੁੱਧ ਪਿਵਾਵਾਂ, ਅੱਜ ਮੈਂ ਤੇ ਕੋ ਦੁੱਧ ਪਿਵਾ ਦਿੱਤਾ ਤਾਂ ਮੈਂ ਅੱਲਾ ਦਾ ਭੇਜਾਂ ਇਮਾਮ, ਖਤਮ ਹੋ ਗਿਆ, ਐਲਾਨ ਥੀਆ। ਇਹਨੂੰ ਉਮਵੀਆਂ ਮੈਂ, ਇਹਨੂੰ ਹਾਸ਼ਮੀਆਂ ਮੈਂ, ਸਰਕਾਰ ਨੇ ਨਿਗਾਹ ਕੀਤੀ ਹੈ, 18 ਪੁੱਤਰ ਵਰਜਾ ਪਾ ਕੇ ਆ ਗਏ। ਅੱਬਾਸ ਦਾ 11 ਸਾਲ ਦਾ ਸਨ ਹੈ, ਸਫੀ ਨੇ ਪਿਉ ਦਾ ਲਿਬਾਸ ਪੂਰਾ ਹੈ, ਅਲੀ ਆਪਣੀ ਜ਼ਰੇ ਦਿੱਤੀ ਹੈ, ਅਲੀ ਆਪਣੀ ਖੋਲੀ ਆਪਣੀ ਤਲਵਾਰ ਦਿੱਤੀ ਹੈ, ਯਾਨੀ ਅੱਬਾਸ ਨੂੰ ਅਲੀ ਨੇ ਅੱਬਾਸ ਬਣਾ ਕੇ ਜ਼ੀਨ ਚ ਬਿਲਾਏ। ਕਈ ਕਦਮ ਚਾਇਨਸ ਬਾਬਾ ਜਾਨ, 500 ਕੈਦੀ ਛੁਣਾਵਣਾ ਹੈ, ਜੰਗ ਲੜਨੀ ਹੈ ਜਾਂ ਪਾਣੀ ਲਾਇਆ ਬਣੇ। ਸਰਕਾਰ ਫਰਮਾਇ ਕਰ ਤਰੇ ਲੱਖ ਤੇ ਇਹੋ ਜਿਹਾ ਹਮਲਾ ਕਰ ਦੇਵੇ ਸੁਰ, ਬਸ ਲੁੱਟੀਆਂ ਗਈਆਂ ਨਲੀ ਜਾਂਦੀਆਂ। ਸੱਜੇ ਖੱਬੇ ਨਾ ਦੇਖੇ, ਮੈਂ ਹਰ ਬੰਦੇ ਕੋ ਜਾਣਦਾ, ਬੰਦੇ ਸਿੱਖਦਨ। ਮੈਂ ਸ਼ਾਹ ਵਾਲੇ ਖੋਖਰ ਵਾਲੇ ਕੋਟ ਸੁਲਤਾਨ ਤੋਂ ਨਸ਼ੇ ਵਿੱਚ ਮੈਂ ਮਜਲਿਸ ਪੜ੍ਹਾਂ, ਜਿਵੇਂ ਤੁਹਾਡੇ ਉੱਤੇ ਅਤਾ ਹੈ, ਇਵੇਂ ਦੁਨੀਆਂ ਦੇ ਕਾਇਮ ਮੁਲਕ 'ਤੇ ਨਹੀਂ। ਹੁਸੈਨ ਦਾ ਨਾਂ ਆਵੇ ਤੁਸੀਂ ਘਰ 'ਤੇ ਰੋਂਦੇ ਹੋ, ਇਵੇਂ ਨਾ ਸ਼ਾਬਾਸ਼ ਲਈਏ ਚੁਆਇਨ, ਕੋਈ ਕਿੱਥੋਂ ਆਇਨ। ਮੈਂ ਮੌਲਵੀ ਮੁਰਤਜ਼ਾ ਮੁਹੰਮਦ ਅਬਾਸ ਅਲੀ ਅਕਬਰ ਦੇ ਲੂਹ ਬੰਦ ਪੜ੍ਹਨ, ਬੜਾ ਗਿਰੀਅਤ ਹੈ, ਬਾਨੀਆਂ ਦੀ ਫਰਮੇਸ਼ ਹੈ, ਅਲੀ ਅਕਬਰ ਸੁਣਾ, ਊਂ ਲੂਹ ਬੰਦ ਪੜ੍ਹਨ, ਮੈਂ ਪੂਰਾ ਮਜ਼ਮੂਨ ਪੜ੍ਹਦਾ।
तो पता है जो मेरे उत्ते सरकार दी अता है। मैं अली अकबर दा मजमून टीवियां ची पढ़दा, हर जहत फरमाइश थींदी है। अली अकबर दा मजमून कर सैयदा जे दाग जुदाई देने अकबर, शाबाश शाबाश शाबाश, जे दाग जुदाई देने अकबर, तू पियू तू कमर बधाईवान, ए चोला ही जद अमजद दा इको कफन समझ के पाईवान, जाए साल 18 पालियान उदे कदमां ते हथ लाईवान, ही जग वैरी मसला दी दा तू तातल हनक बलाई। वाह भाई वाह, वाह भाई वाह, वाह भाई वाह, शाबाश रोवान, जी आखा जी आखा। ओ मेरे मामा धियां, जेड़ा तुहानू गलत निगाह देखे उन्दे खून च फर्क है, मैं मौला दा जवार हाँ, मैं हथ बदी खड़ा। जितने तई मैं अली अकबर पढ़ा, जिसा अकबर दी माँ को मुकान दिवाए, जिड़े अकबर जीन तू लथे सैन त्रै दफा खाक झड़ी है, आसमान तो मुँह कर क्या दिए, मेरा अल्लाह मेरा सैदा नाल सांगा मौका है। अकबर तो बाद कहें की मर्जी मैं को कोई भर जाई सड़े, अल्लाह दिवाया खालक तेजा तकलीफ दूर करे। ओ मलंगाओ, ओ मातमियाओ, जित्ता जित्ता बैठे हैं, जित्ता जित्ता खड़े हैं, मजमून सुन, जिंदगी का कोई पता नहीं। जेडे सुन्नी मेरे मजलिस च बैठे हैं, आयल सुन्नत जमात आले, उन्हें कित मैं एक वैण पढ़दा पढ़दा पिया फितरत दा आयन तकादा ये पियो पुत्र दी मैयाद ने चाहदा। देख यार ते करबला दा मंजर बन गया, उठी के रोण पाएगा फितरत दा प्यो पुत्र दी मैयद नहीं चाहदा, बिल फर्ज जे चावणी पै वञे कब कब के हाथ हे रहंदा। इक प्यो विच 9 लख दे ते वदे पुत्र दी लाश गुलेंदा रोण आला जगा लभ पाइए, निस मुंह चुमिया बैठा जिगर ते बोसे दे दे। वाह भाई वाह, जदा जदा लभ पाइए, निस मुंह चुमिया बैठा जिगर ते बोस। मुर्तला शाजी तुहाडे किते बंद पड़दा बोसे देंदा बैठ, आदा पिए गाने बन दे सहरे पैदे, शाला मरन न पुत्र कहीं ने ते हों दा बाट जीवों, ऊं पियो मां दा जद पुत्र मरन पर नी दे। ओ मोमना हर कैदी निभोएं दी आई नहीं निभदे झट। मैं अली अकबर पढ़ा नौकरा हर कैदी, हर कैदी निभोएं दी आई नहीं निभदे झट, हर कैदी हर कैदी निभदी आई नहीं निभदे झटे भेड़ी। शाबाश रोमा लाला, शाबाश। ये बच्चा है न्याज आन दिती है, लेकिन अली अकबर का मजमून है पैसे पै देने, लेकिन जब अकबर जीन तू लथ है कह भी दुर दिता
शाबाश वाह रोवण आला जी आखा सैया जादा जी जवाख कहें बीबी दुर दिन कहें बीबी चादर दिखन कहें बीबी पुत्र वेल गिनाए अलहमदुल्ला अलहमदुल्ला भी अवैन सुनावा रोंदाए तू मलांगे अकीदे आला अलहमदुल्ला गाने बन दे सेरे पदे शाला मरन न पुत्र कही दे होंदा बठ जीवन जद पुत्र मरने पर नी दे जिया खा जिया खा जिया खा गाने बन दे सेरे पदे शाला मरन न पुत्र कही दे होंदा बठ जीवन ऊ प्यू मादाओ जद पुत्र मरने परनी दे हर कैदी निभवेदी आई नहीं निभदे जाट भेड़ी दे जी हर कैदी हो निभवे दी ओ नहीं निभदे झटे भेड़ी दे तू जो रोंदा पाए मेरी पक्की जाकरी नहीं मर वैसे शाह फरमाया मेरा सोना बचड़ा शाबाज मेरा घबरा नहीं परवाज दे कान उबाला है दिल मा पिउदा अजमान अद खबर नहीं तेरे बाल दी कीमत ए दुनिया ते यो जी जी खबातम कर मातम कर खबर नहीं तेरे बाल दी कीमत ते मैं राज नहीं दिखी तड़ी मस लहदी हो मेरे सामने नीर बहार जी जी मलंग मैं राज नहीं दिखी मस लहदी मेरे सामने नीर वहान मर वैसे अद्धे सुनी होने था मैं सब को जान दहवी दे वक्त सुबो दे सब दुआ फौजा दी बज गई पहले पहले तन अकबर ते यारो वर्जी मौत दी सज मर वैसे मलंग आया मिलन दे कीते विच खैमिया दे मां दे को पुत्र पूरज गई मैं सदाक वन्या सीने अकबर विच कई सांग जुलम दी मैं को आदे उस्ताद दी तर्ज च साकु ही को वैन सुनवा इवें टुरन लगे अठ दफा सदैस सैयदा मकसूम मने दा नेक सितारा क्यों बुरज करब विच आ गए तभी रोशनी दे वै सफर किता है कि जल्दी चमक बुझा गए वाह भाई वाह वाह जी वाह रो वाला वाह रो मकसूम
सितारा क्यों बुर्ज खराब विच आ गए तेरी रोशनी ते मैं सफर किया क्यों जल्दी चमक बुझा गए ओ एक गालू दिल खुशिये बचड़ा तोड़े कम इस्लाम दे आ गए मैं गालू दिल हे अरमानी ना पुत्र शबाब गए तेरी दाढ़ी भी लगती आई ते मौत वाह भाई वाह वाह भाई ए मौज रे लहदारिया पौन पुत्रांगा दिल खुश थी गए प्यू मादा तनी दाढ़ी सोनी दाढ़ी लथी आई अकबर आ गए पैगाम कलादा तने प्यू दी मैं मजलिस सुनवा सौ मैं मजलिस पढ़नी है आज जितना सोना हाँ उतना औखा लत्थ है हकल मार के आदे बाबा मैं लहंदा पिया शबीर आदे तू जो लहंदा पाए बुढ़ा बाबा आंदा पाई और रोमन आला ओ काला मामा पाके रोमन आला शेख मेहदी अलै रहमान इराक दे मुत्तहिद थी गुजरन उन्नत रिवायत मैं 52 मुहर्रम इमाम दी जरूरत पढ़ा मैं आखिरी मुहर्रम पढ़ रहा जेडे इन्ना लफ्जा ते आया सोना हाथ औखा लथ है ओले खुदाम दौड़े आगा मेहदी मिंबर तो लहया हुसैन दी जरूरत खून बहरा गया शेख मेहदी आदे जेडे मिंबर तो जमीन ते आया पर्दादारा दे वाल खुले हो जवान माता वध करें सही फिक वैदे गल लगे हुए मैं कुछ सवारी मिली घर पहुँचाए ने करबला दा मंजर सामने मेरी अख रुक दी नहीं रात ढलिए मैं वजू किते मैं तहज्जुद पढ़ा मैं मुसल्ले ते नम गया जो मेरे सहन च वाण है हाय ओ मेरी किस्मत शेख मेहदी आ गए इस वेले कौन है पर्दादार रोवण वाली रो क्या दे शेख मेहदी मैं मोहम्मद दी बतूल हूँ बतूल ते मेरे घर मोहम्मद दी बेटी ते मेरे घर बीबी अगे तेनो मना करण या आज कुन बाद मेरे पुत्र दी जरी ते अली अकबर दा मजमून मैं पढ़ा क्या मुर्शिदादी मैं गलत पढ़ाए बीबी अगे गलत ने भी पढ़ा जेड़ वेले दा पढ़ के आए दूए भेण फिरा एक बार दे गल लगे कहे के वेले आदिए मैं सागा वास्ते पले दी रही हूं शाबाश शाबाश रोवण आला जी आखा मैं सांगा वास्ते पलेंदी रही हम लत्थाए सुनानी कूका परदादारा जा कूका सुन आनेगी मुकान झुलन कई शर्मादे बैठन ओ मेरे धिया तुसा कूका मार करो जा बैठे हो करबला सजानिया इतनिया रोंदन इतने रोनियन जंगल दे हैवान जंगल छोड़ के टुर गए हैवान टुर गए मुसलमाना को हया नहीं आया हम अलांगा गुबाए के रोमन आला जितना सोना हा उतना औखा लत्थ है आदे बाबा मैं लहदा पिया अल्लाह दिवाया आदे वाला सजानिया पत्थरां दे मातम कीते अदे बाबा मैं लांदा पिया शबीर अदे तू जो लांदा पाए बुढ़ा बाबा आंदा पाई हुसैन मैदान चाहे सुना रख दे फकीर है जेड़ा कासा सर च मार के दे अदे हाय जवान ये फकीर नहीं है खिजर नबी है खिजर नबी अली अकबर दी मौत सुन के फकीर थी गया प्यू दी के हालत है प्यू नूए हाथ कमर तेरा क्या दे अदे मेरी दीद मुक गई है अदे जवान मराई अदे मैडा ना आधा रोंदा क्यों है आधा जाइंदा यहाँ तै डिठा डोला आधा जी में मैं डिठा हुआ तै ना डिठा कोई निशानी जेड़ा मैं डिठा हूँ मुँह तो मुकाबा जेड़े जंग तो फरागत मिले इस सामने टिबे ते चढ़ वेंदा
अल्लाह जाने मदीने कौन रांदी है आदा तैडा ही वादा आ गए मेरे ते मौत आ गई है अमीरा मैं घोड़े दे अगु वल गया मैं वाह विच हाथ पाए मैं के हाथ त तेरे सोहन मुंह तू नुकाब लहा जेडे नुकाब लहा मैं कुसागी मुहम्मद नजर आता है शबी ये पैगंबर हाँ यूसुफ तू सोना हाँ मैं के रंज न थी वे तजरा झिका थी जेडे झिका था है मैं तुर तो डिठ है दाढ़ी पूरी नस न थी मैं के रंज न थी वे तो तेरी दाढ़ी चुमा मैं के चुम लाए मेरे चुमण वाली मदीने रह गए वाह भाई वाह वाह भाई वाह मैं तेरे मुल्क का मातम हूं पढ़ना तुहाडे मुल्क का मातम मैं हूं पढ़ना जिवे सुनन दे हादियो मैं के सोनी दाढ़ी दा वास्ते कोई शय मांग अद जदा वसदा नबी रुक दे हां मैं के नबी दा वास्ते कोई शय मांग अद पानी पिला अमीरा मैं फुरात तगिया मैं पानी भरा मैं वल्ला मैं कुछ जवान नजर नहीं आंदा सैयदा दे जल्दिया निशानियां मिल दे रल के गोलू मातम करण आला दो कदम चंदे फकीरा दे वतन की ताई सैयदा दे जल्दिया मैं डहां लहंदा वैद त्रै कदम चंदे फकीरा दे जात दा कौन है सैयदा दे जल्दिया मैं कु कुछ नजर नहीं आंद सुनिए साहबा दी कसम है शिया सैन दे बुरके दी कसम है अजादा कदम अकबर दा फकीर मामला के शबीर दे कदम तरख इवे मुद वादम कर गया दे दसेंदा क्यों ना है पुत्र तेरे अद ते को किवें पते अद टुर दरिया ने दरिया तेरी दाढ़ी सी आई बस ना जड़े जवान नेड़े आए तेरी दाढ़ी सफेद हो गई तेरा बहु सोना बचड़ा चादर ते बहे बचड़े दी मुकान झल इवें पुत्र दा सर जा के जानू ते रखेस अमामा लहाएस अद तू खिजर नबी है मैं हुसैन ये मेरा अकबरी ओ नबी है खड़नी ओ वली है खड़नी ओ हुरान जन्नत है खड़नी ओ मलंग तू नबिया दो वन खर मैं अपने वर्क अकबर दी बर्छी कर दा हुसैन ये अमाम आला है हक्कल मार के दे दादा इब्राहीम जड़ा ते इस्माइल दिता ते अखा ते पट्टी बधी आई हाथ ते पैर बधाया ते चुरी को तेल कीता खालिद तरफ दुम्बा इस्माइल बच गया चुरी दा दाग रह गया हाजरा चुम चुम मर गई आई हाजरा को सदिया मैं अकबर दी मां को सदेना मैं पट्टी ना बनदा मैं अकबर दी मैं पट्टी ना बनदा मैं अकबर दी बर्छी कढदा यकूब नबी यूसुफ को तमाचा लगा तेरे पुत्र दी औलाद आई मैं कुआरा मर मैं मौला दा जवारा चोली चई गणा दुआ पिया मंगदा बुढ़ड़ा जख्मी पियू तसे पुत्र ते तरप दे पुत्र ते कलाड़ा जड़े हुसैन है अकबर को बर्छी मोल साहब खा गई आई अद्धा घंटा बर्छी वाली जा चुमदारी है इतना रुना है हुसैन अकबर दे नाल सब थी है रो रो के आ जाए बहु औखा आया तेरी लाजी लाशी उते मेरा अकबर पुत्र जवान मेरे रोको नहीं मैं बड़ा पड़ गया त्रै चार मिनट मेरा धीया रोवन आलिया मैं मौला दा जवारा परदे सलामत राम जवाना दुआ मंगी करो मौल साहब कहे बुढ़े प्यू दा कुआरा पुत्र न मरे अगर मरे तो प्यू जीदा न हो जींदा उसी जद मैयत कुरात पै वने हर कोई टुरो ऐसी पीउ पावन अब करो द अक्सी रुत में दी आई टुर तू पै उसल ने सन पीउ रोसी कफल पवे सन पीउ रोस कब्रस्तान दो जनाजा वैसी पीउ हाथ दबंद नाज में मिंबर
तेरा हुक्म पिया मने कदरदान लोग शरीफ लोग कब्रस्तान तो जनाजा वैसी उन्हें प्यू को लेते कमरे च बंद करे आवेरे सर ते कुरान रखा नौ लख हसदा वदा एक बुढ़ा प्यू है जेड़ा पुत्र को चाहिए वदा रो रो के आदा वदा जिन्ना मिल रे मेरे अकबर को जल्दी जल्दी आओ और मातम कर और नहीं बचदा साइन दवास्ते ही अकबर दवास्ते ही मलांग में हाथ मत दिखाना जिंदगी दा कोई पता नहीं दुआ मंगी कर शाला कहे भेंट दा कुआरा भिरा न मरे मरे तो भेंट जीदी ना हो जीदी असी मैं को गा नहीं बनती मैं को सेर पर अकबर दी भेने अकबर दी बर्छी ते मुंह रखी पईए रोके आदे ही की वारी अखियां बा ए तेरे मुल्क दा मातम है परदेसी वीरों घर भेण देना कोई गा